ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸੰਬੰਧਿਤ ਸ਼ਹੀਦ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦੇ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਣਯੋਗ ਪ੍ਰਧਾਨ ਸਾਹਿਬ ਸਰਦਾਰ ਹਰਿੰਦਰ ਸਿੰਘ ਜੀ ਤਥਾ ਸਮੁੱਚੇ ਹੀ ਓਬਜੈਕਟਰ ਵੱਲੋਂ ਇਹ ਬੜਾ ਹੀ ਮੁਬਾਰਕ ਫੈਸਲਾ ਹੋਇਆ ਕਿ ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਵੱਲੋਂ ਜੋ ਮੱਸੇ ਲੰਗਰ ਦਾ ਅੱਜ ਦੇ ਦਿਨ ਸਿਰ ਵਧਿਆ ਗਿਆ, ਇਸ ਦਿਨ ਨੂੰ ਯਾਦ ਕਰਦਿਆਂ ਹੋਇਆ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਚੁਹਲੀ ਚਿੰਤ ਲਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਰਾਮ ਸਾਹਿਬ ਭੋਗ ਪਏ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਅਰਦਾਸੀ ਭਾਈ ਬਲਜੀਤ ਸਿੰਘ ਜੀ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਹੈ। ਗੁਰਬਾਣੀ ਦੇ ਰਸ ਵਿੱਚ ਕੀਰਤਨ ਹੋਏ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਮਹਾਨ ਸੋਮਾ ਹੈ, ਕਿਉਂਕਿ ਸਿੱਖ ਨੇ ਗੁਰੂ ਨੂੰ ਗੁਰਦੁਆਰੇ ਰਾਹੀਂ ਵੀ ਪ੍ਰਾਪਤ ਕੀਤਾ ਹੈ। ਗੁਰਦੁਆਰਾ ਹੋਏ ਸੋਝੀ ਪਾਏ ਸੀ, ਗੁਰਦੁਆਰਾ ਲਾਏ ਆਪਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਸਿੱਖੀ ਦਾ ਮਹਾਨ ਸੋਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੱਖੀ ਦਾ ਸੋਮਾ ਜਦੋਂ ਤੋਂ ਹੋਂਦ ਵਿੱਚ ਆਇਆ ਹੈ ਅਤੇ ਸਿੱਖੀ ਜਦੋਂ ਤੋਂ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਵੈਰੀਆਂ ਦੇ ਅਰਥ ਦੇ ਵਿੱਚ ਸਿੱਖੀ ਅਤੇ ਸਿੱਖੀ ਦਾ ਸੋਮਾ ਰਲ ਰਹੇ ਹੈ। ਆਲ ਪਾਲ ਤੋਂ ਦੇਖੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਉੱਪਰ ਪਹਿਲਾਂ ਹਮਲਾ ਸੁਲਝੀ ਖਾ, ਫਿਰ ਸੁਰਬੀ ਖਾ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੇਂ ਸਮੇਂ ਅਬਦਾਲੀ ਆਦਮ ਦੇ ਹਮਲੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਪੂਰਨ ਦਾ ਜਤਨ, ਸਰੋਵਰ ਨੂੰ ਪੂਰਨ ਦਾ, ਹਰਿਮੰਦਰ ਸਾਹਿਬ ਨੂੰ ਢਾਉਣ ਦਾ ਜਤਨ ਆਪਣਾ ਇਤਿਹਾਸ ਵਿੱਚ ਪੜ੍ਹਦੇ ਹਾਂ। ਜਦੋਂ ਖਾਲਸੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਹੈ, ਜਗਰੀਏ ਦਾ ਸਮਾਂ ਆਇਆ ਹੈ, ਜਗਰੀਏ ਨੇ ਜੁਰਮ ਦੀ ਹਨੇਰੀ ਪੂਰੇ ਪੰਜਾਬ, ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਹੈ। ਇਹ ਐਲਾਨ ਕਰ ਦਿੱਤਾ ਕਿ ਕੋਈ ਵੀ ਸਾਧਨ ਸੂਰਤ ਸਿੰਘ, ਸ਼ਸਤਰਧਾਰੀ ਸਿੰਘ ਜਿੱਥੇ ਵੀ ਮਿਲਦਾ, ਜੇ ਉਹਦਾ ਕੋਈ ਘੋੜਾ ਖੋਲਵੇ ਉਹਨੂੰ ਸਰਕਾਰ ਵੱਲੋਂ ਘੋੜਾ ਉਸੇ ਲਈ ਹੋਵੇਗਾ, ਉਦੋਂ ਘੋੜਾ ਵਾਪਸ ਨਹੀਂ ਦਵਾਇਆ ਜਾਵੇ। ਜੇ ਕੋਈ ਸਿੱਖ ਨੂੰ ਪਕੜ ਕੇ ਸਰਕਾਰੀ ਦਰਬਾਰੇ ਪੇਸ਼ ਕਰਾਉਂਦਾ ਹੈ ਉਹਨੂੰ ਵੀ ਆਰਾਮ ਮਿਲੇਗਾ। ਜੇ ਕੋਈ ਸਿੱਖ ਦਾ ਸਿਰ ਵੱਢ ਕੇ ਲਿਆਵੇਗਾ, ਅਸੀਂ ਲਵੜੇ ਉਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏਗੇ। ਇਤਿਹਾਸ ਗਵਾਹ ਹੈ ਪੰਜਾਬ ਦੇ ਵਿੱਚ ਜਦੋਂ ਇਹ ਜੁਰਮ ਦੀ ਹਨੇਰੀ ਜਗਰੀ ਉਹ ਸਮੇਂ ਝੁੱਲੀ ਹੈ, ਬੇਅੰਤ ਸਿੰਘਾਂ ਨੇ ਸ਼ਹੀਦੀਆਂ ਦੇ ਜਾਪ ਕੀਤੇ,
ਖਾਲਸਾ ਬੇਅੰਤ ਨਦੀਆਂ ਦੇ ਰੂਪ ਵਿੱਚ ਕਿਤੇ ਜ਼ਿਕਰ ਕਰਦਾ ਕਿ ਪਹਾੜਾਂ ਦੀਆਂ ਕਦਰਾਂ ਨੂੰ ਲੱਗਦਾ, ਕਿਤੇ ਬੀਕਾਨੇਰ ਵੱਲ ਜਾਣ ਦਾ ਜ਼ਿਕਰ ਮਿਲਦਾ ਹੈ। ਇੱਥੇ ਪੰਜਾਬ ਦੇ ਅੰਦਰ ਸਿੰਘਾਂ ਦੇ ਤਾਵੇਂ ਤਾਵੇਂ ਗੁਰਸੰਗਤ ਜੀ ਨਦੀਆਂ ਦਾ ਜ਼ਿਕਰ ਮਿਲਦਾ ਹੈ। ਜਿੰਨੇ ਸਿੰਘ ਪੰਜਾਬ ਦੇ ਵਿੱਚ ਰਹੇ ਉਹਨਾਂ ਨੂੰ ਜਕਰੀਏ ਨੇ ਸ਼ਹੀਦੀਆਂ ਦੇ ਜਾਣ ਨੂੰ ਲਾਏ ਹੈ। ਜਿਸ ਸਮੇਂ ਬਾਬਾ ਗੋਤਾ ਸਿੰਘ, ਬਾਬਾ ਗਰਜਾ ਸਿੰਘ ਜੀ ਦਾ ਇਤਿਹਾਸ ਆਪਾਂ ਪੜ੍ਹਦੇ ਹਾਂ, ਉਹਨਾਂ ਹੀ ਸਮਿਆਂ ਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਕਰੀਆ ਖਾਨ, ਜਕਰੀਆ ਖਾਨ ਇਹ ਡਿਊਟੀ ਸੌਂਪੀ ਗਈ ਮੱਸੇ ਰੰਗੜ ਨੇ। ਮੱਸੇ ਰੰਗੜ ਨੂੰ ਜਕਰੀਆ ਖਾਨ ਵੱਲੋਂ ਡਿਊਟੀ ਸੌਂਪੀ ਗਈ ਕਿ ਤੈਂ ਸਿੱਖੀ ਦਾ ਜੋ ਸੋਮਾ ਹੈ ਹਰਿਮੰਦਰ ਸਾਹਿਬ ਇਹਦੀ ਬੇਹੁਰਮਤੀ ਕਰਨੀ ਹੈ। ਮੱਸੇ ਰੰਗੜ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਪਣਾ ਪੜ੍ਹਨ ਲਾਇਆ। ਸਿੱਖ ਇਤਿਹਾਸ ਦੱਸਦਾ ਕਿ ਜਿੱਥੇ ਅੱਜ ਸਤਿਗੁਰੂ ਦਾ ਪ੍ਰਕਾਸ਼ ਹੈ ਇੱਥੇ ਉਸਨੇ ਜਾਣ ਬੁੱਝ ਕੇ ਬੇਹੁਰਮਤੀ ਕਰਨ ਲਈ, ਬੇਅਦਬੀ ਕਰਨ ਲਈ ਪੜ੍ਹਨ ਲਾਇਆ। ਆਪ ਪੜ੍ਹਨ ਤੇ ਬੈਠੇ ਹੈ, ਫੋਕਾ ਵਾਲਿਆ, ਤੰਬਾਕੂ ਪੀ ਰਿਹਾ ਤੇ ਕੰਜਰੀਆਂ ਦੇ ਨਾਲ ਪਹੁੰਚਾ ਰਿਹਾ। ਭਾਈ ਰਤਨ ਸਿੰਘ ਭੰਗੂ ਜਿਹੜੇ ਭਾਈ ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸੇ ਦਾ ਸਿਰ ਲਾਇਆ ਉਹਨਾਂ ਦੇ ਪੋਤਰੇ ਹੈ, ਉਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਵੀ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਨੇ ਵੀ, ਤਵਾ ਜੀ ਗੁਰੂ ਖਾਲਸਾ ਵਿੱਚ ਗਿਆਨੀ ਗ੍ਰੰਥ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਜਿਸ ਵੇਲੇ ਇਹ ਸਾਰਾ ਕੁਝ ਹੋ ਰਿਹਾ ਸੀ ਉਸ ਵੇਲੇ ਇੱਕ ਸਿੰਘ ਇਸ ਇਲਾਕੇ ਦੇ ਵਿੱਚ ਵਜਿਆ ਸੀ। ਉਹਦਾ ਨਾਮ ਸੀ ਭਾਈ ਬਰਾਬਾ ਸਿੰਘ। ਉਹ ਲੁਕਦਾ ਲੁਕਦਾ ਕਿਤੇ ਕਿਤੇ ਮੁਕਾਬਲਾ ਹੁੰਦਾ ਦੁੱਧ ਦਾ, ਜੈਪੁਰ ਦੇ ਬੀਕਾਨੇਰ ਦੇ ਇਲਾਕੇ ਵੱਲ ਗਿਆ। ਬੀਕਾਨੇਰ ਦਾ ਜਿਹੜਾ ਰਾਜਾ ਸੀ ਉਸ ਰਾਜੇ ਕੋਲ ਭਾਈ ਬੁੱਢਾ ਸਿੰਘ ਦਾ ਦਲ, ਉਹਨਾਂ ਦਾ ਜਥਾ ਰਾਜੇ ਕੋਲ ਨੌਕਰੀ ਕਰਨ ਲੱਗ ਪਏ ਸਨ। ਇੱਧਰੋਂ ਭਾਈ ਬਰਾਕਾ ਸਿੰਘ ਨੇ ਸੁਣਿਆ ਵੀ ਸਿੰਘਾਂ ਦਾ ਇੱਕ ਜਥਾ ਬੀਕਾਨੇਰ ਦੇ ਵਿੱਚ ਹੈ। ਭਾਈ ਬਰਾਕਾ ਸਿੰਘ ਬੀਕਾਨੇਰ ਵੱਲ ਗਏ ਹੈ। ਜਦੋਂ ਸਿੰਘਾਂ ਦੇ ਜਥੇ ਨੂੰ ਮਿਲੇ ਹੈ, ਭਾਈ ਬੁੱਢਾ ਸਿੰਘ ਜੀ ਨੂੰ ਮਿਲੇ, ਉਹਨਾਂ ਨੇ ਸਨਮਾਨ ਕੀਤਾ ਵੀ ਅੰਮ੍ਰਿਤਸਰ ਦੀ ਧਰਤੀ ਤੋਂ ਸਿੰਘ ਆ ਗਿਆ। ਭਾਈ ਮਹਿਤਾਬ ਸਿੰਘ ਨੇ ਪੁੱਛਿਆ ਕਿ ਸੁਣਾ ਪੰਜਾਬ ਦਾ ਕੀ ਹਾਲ ਹੈ। ਹਰਿਮੰਦਰ ਸਾਹਿਬ ਦੇ ਸੁਣਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੀ ਹਾਲਾਤ ਨੇ। ਜਦੋਂ ਭਾਈ ਮਹਿਤਾਬ ਸਿੰਘ ਨੇ ਹਰਿਮੰਦਰ ਸਾਹਿਬ ਦਾ ਨਾਮ ਲਿਆ, ਭਾਈ ਬਰਾਕਾ ਸਿੰਘ ਦੀ ਭੁੱਖ ਨਿਕਲ ਗਈ। ਭਾਈ ਬੁੱਢਾ ਸਿੰਘ ਪੁੱਛਦੀ ਹੈ ਇਹ ਗੱਲ ਕਿਉਂ ਰੋ ਕਿਉਂ ਰਿਹਾ ਹੈ। ਉਸ ਵੇਲੇ ਭਾਈ ਬਰਾਕਾ ਸਿੰਘ ਕਹਿਣ ਲੱਗਿਆ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਮੈਂ ਮੁਰਦਿਆਂ ਦੇ ਸਮਾਨ ਤੁਹਾਡੇ ਕੋਲ ਖਬਰ ਦੇਣ ਆਇਆ। ਭਾਈ ਮਹਿਤਾਬ ਸਿੰਘ ਪੁੱਛਦਾ ਹੈ ਕਿ ਦੱਸ ਤਾਂ ਸਹੀ ਕੀ ਗੱਲ ਹੋਈ ਹੈ, ਕਿਉਂਕਿ ਉਹ ਸੰਚਾਰ ਦੇ ਸਾਧਨ ਦਾ ਹੈ ਨਹੀਂ ਸੀ, ਕੋਈ ਚਿੱਠੀ ਪੱਤਰ ਨਹੀਂ ਸੀ। ਦੱਸਣ ਲੱਗਿਆ ਭਾਈ ਬਰਾਕਾ ਸਿੰਘ ਕਿ ਜਕਰੀਆ ਖਾਨ ਨੇ ਮੱਸੇ ਦੀ ਡਿਊਟੀ ਲਾਈ ਹੈ ਮੱਸਾ ਰੰਗੜ,
ਸਾਧਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦੇ ਸੀ ਉੱਥੇ ਆਪਣਾ ਭੰਗੜਾ ਕੇ ਬੈਠ ਗਿਆ। ਉਹਨੇ ਹੁੱਕਾ ਵਾਲਿਆ, ਤੰਬਾਕੂ ਪੀ ਲਿਆ, ਕੰਜਰੀਆਂ ਦੇ ਨਾਚ ਲਗਾ ਲਿਆ, ਰੋਜ਼ ਬੇਅਦਬੀ ਹੋ ਰਹੀ ਹੈ। ਜੇ ਕੋਈ ਸਿੱਖ, ਕੋਈ ਨਿਰਮਲਾ, ਕੋਈ ਉਦਾਸੀ ਗੁਰੂ ਦਰਬਾਰ ਦੇ ਦਰਸ਼ਨਾਂ ਨੂੰ ਆਉਂਦਾ, ਉਹਨੂੰ ਸ਼ਹਾਦਤ ਦਾ ਜਾਮ ਕਰਾ ਦਿੱਤਾ ਜਾਂਦਾ। ਭਾਈ ਮਹਿ ਦਾਸ ਸਾਹਿਬ ਬੋਲੇ ਆ ਕਿ ਤੂੰ ਮੇਰੇ ਤੇ ਕੀ ਲੈਣ ਆਇਆ, ਤੂੰ ਮੱਸੇ ਦਾ ਸਿਰ ਵੱਢ ਕਿਉਂ ਨਾ ਵੱਢਿਆ। ਅੱਗੋਂ ਭਾਈ ਮਰਾਤਾ ਸਿੰਘ ਨੇ ਸੋਧੇ ਸਿਰ ਵਚਨ ਕੀਤਾ, ਕਹਿੰਦਾ ਜਿਵੇਂ ਤੁਸੀਂ ਇੱਥੇ ਆ ਕੇ ਲੋਕੀ ਬੈਠੇ ਹੋ, ਮੈਂ ਲੁਕਦਾ। ਜਦੋਂ ਭਾਈ ਮਰਾਤਾ ਸਿੰਘ ਨੇ ਇਹ ਵਚਨ ਕੀਤਾ, ਭਾਈ ਰਮਨ ਸਿੰਘ ਭੰਗੂ ਲਿਖਦੇ ਆ, ਕਹਿੰਦੇ ਬਜਾ ਨਾ ਜਵਾ ਬਾਣ ਲਾਗਿਓ, ਤਵਾ ਰੋਸ ਲਾਗਿਓ, ਤੀਰ ਮੰਗੂ ਲਿਖ ਗਿਆ ਭਾਈ ਮਹਿ ਦਾਸ ਸਿੰਘ ਨੇ। ਉਸੇ ਵੇਲੇ ਜਗਾਰਾ ਛੱਡਿਆ, ਭਾਈ ਬੁੱਢਾ ਸਿੰਘ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਮੱਸੇ ਦਾ ਸਿਰ ਵੱਢਣ ਲਈ ਜਾਣ ਲਈ ਤਿਆਰ ਹਾਂ, ਮੈਨੂੰ ਆਗਿਆ ਦਿਓ। ਤਾਂ ਭਾਈ ਸੁੱਖਾ ਸਿੰਘ ਕੋਲ ਬੈਠੇ, ਉਹ ਵੀ ਨਾਲ ਬੋਲ ਰਹੇ ਹੈ, ਉਹਨਾਂ ਵੀ ਨਾਲ ਆਗਿਆ ਹੁੰਦੀ ਹੈ। ਖਾਲਸੇ ਨੇ ਬੜਾ ਪ੍ਰਕਾਰ ਦੀ ਦੇਖ ਤਿਆਰ ਕਰਕੇ ਅਰਦਾਸ ਕੀਤੀ ਹੈ, ਹੁਕਮਨਾਮਾ ਹੋਇਆ, ਸਤਗੁਰਾਂ ਤੋਂ ਆਗਿਆ ਲੈ ਕੇ ਦੋਵੇਂ ਸਿੰਘ ਚੱਲੇ ਆ। ਅੱਗ ਦੀ ਗਰਮੀ ਦੀ ਲੋੜ ਹੈ, ਪਰ ਬਹੁਤ ਘੱਟ ਪੜਾ ਕੀਤੇ ਆ ਸਿੰਘਾਂ ਨੇ। ਅੰਮ੍ਰਿਤਸਰ ਆਇਆ, ਅੰਮ੍ਰਿਤਸਰ ਤੋਂ ਵਾਰ ਵਾਰ ਸਤਗੁਰੂ ਨੂੰ ਅਰਦਾਸਾਂ ਕਰਦੇ, ਸਤਗੁਰੂ ਰਾਮਦਾਸ ਨੂੰ ਗੋਦਰੀਆਂ ਕਰਦੇ ਆਏ ਮਹਾਰਾਜ, ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਦੀ ਬੇਵਰਮਤੀ ਜਾਲਮਾਂ ਕਦੋਂ ਹੋ ਰਹੀ ਹੈ ਮਹਾਰਾਜ, ਜਾਲਮਾਂ ਦਾ ਸਿਰ ਵੱਢ ਕੇ, ਦੁਸ਼ਟ ਦਾ ਸਿਰ ਵੱਢ ਕੇ ਅਸੀਂ ਸਿੰਘਾਂ ਦੇ ਜਥੇ ਵਿੱਚ ਲੈ ਕੇ ਜਾਣਾ ਹੈ, ਇਹ ਕਾਰਜ ਤੁਸੀਂ ਪੂਰਾ ਕਰ ਸਕਦੇ, ਅਸੀਂ ਕੁਝ ਨਹੀਂ ਕਰ ਸਕਦੇ, ਮਹਾਰਾਜ ਤੁਹਾਡੇ ਆਸਰੇ ਹੈ। ਸਿੰਘਾਂ ਨੇ ਆਪਣਾ ਭੇਸ ਚੌਧਰੀਆਂ ਵਾਲਾ ਬਣਾਇਆ। ਦੋਵੇਂ ਸਿੰਘ ਜਿੱਥੇ ਅੱਜ ਕੱਲ੍ਹ ਲਾਜੀ ਮੇਰ ਅਖਾਰਾ ਨਾ, ਇੱਥੇ ਆ ਕੇ ਦੋਵਾਂ ਸਿੰਘਾਂ ਨੇ ਘੋੜਿਆਂ ਨੂੰ ਬੰਨੇ, ਲਾਜੀ ਮੇਰ ਦੇ ਨਾਲ ਘੋੜੇ ਬੰਨ ਕੇ ਦੋਵੇਂ ਸਿੰਘ ਦਰਸ਼ਨੀ ਜੋੜੀ ਆਦਮੀ ਪੁੱਲ ਤੋਂ ਗੁਰਸੰਗਤ ਜੀ ਹਰਿਮੰਦਰ ਸਾਹਿਬ ਜਾਣ ਲਈ ਤੁਰਨ ਲੱਗੇ ਆ। ਐਸੇ ਪਰਮੇਸ਼ਵਰ ਦੀ ਖੇਡ ਵਰਤੀ, ਹਨੇਰੀ ਚੱਲ ਪਈ ਹੈ, ਉਦੋਂ ਪਰਿਕਰਮਾ ਕੱਚੀ ਹੋਇਆ ਕਰਦੀ, ਇੱਕਦਮ ਇੰਨੀ ਹਨੇਰੀ ਚੱਲੀ ਹੈ, ਸਿੰਘਾਂ ਨੇ ਆਪਣੇ ਮੂੰਹ ਬੰਨ ਲਏ ਹੈ। ਦੋਵੇਂ ਸਿੰਘ ਪੁੱਲ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ ਆ। ਜਿਹੜੇ ਪਹਿਰੇਦਾਰ ਸੀ ਉਹ ਹਨੇਰੀ ਕਰਕੇ ਪਾਸਿਆਂ ਸੇ ਹੋ ਗਏ ਆ। ਗੁਰੂ ਕਿਰਪਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੋਵੇਂ ਸਿੰਘ ਪਹੁੰਚੇ ਆ। ਅੱਗੇ ਕੰਜੇ ਵੀ ਨੱਚ ਰਹੀ ਹੈ, ਤਬਲਾ ਵੱਜ ਰਿਹਾ, ਭਾਈ ਰਤਨ ਸਿੰਘ ਭੰਗੂ ਲਿਖਦੇ ਆ ਕਿ ਤਬਲੇ ਦੇ ਵਿੱਚੋਂ ਆਵਾਜ਼ ਆ ਰਹੀ ਹੈ ਕਿ ਬੇੜਾ ਗਰਕ ਹੋਵੇਗਾ, ਬੇੜਾ ਗਰਕ ਹੋਵੇਗਾ। ਅੱਗੋਂ ਕਹਿੰਦੇ ਆਵਾਜ਼ ਦੇਣ ਵਾਲਾ ਮਾਰ, ਉਹ ਕਹਿ ਰਿਹਾ ਕਿਹਦਾ ਕਿਹਦਾ ਕਿਹਦਾ। ਭਾਈ ਰਤਨ ਸਿੰਘ ਭੰਗੂ ਭੰਗੂ ਨੇ ਭਾਵ ਰਚਨਾ ਦੇ ਵਿੱਚ ਉਡਾਰੀ ਮਾਰੀ, ਕਹਿੰਦੇ ਜਿਹੜੀ ਕੰਜਰੀ ਸੀ ਉਹ ਮੱਸੇ ਵੱਲ ਬਾਂਹ ਕਰਕੇ ਕਹਿ ਰਹੀ ਹੈ ਇਹਦਾ 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 ਬੇੜਾ ਗਰਕ ਹੋਵੇਗਾ। ਇਹਨੇ ਨੂੰ ਸਿੰਘ ਕਹੇ, ਸਿੰਘਾਂ ਨੇ ਦੋ ਠੀਕਰੀਆਂ ਦੀਆਂ ਗੁਠਲੀਆਂ ਵਧੀਆਂ ਆਉਂਦੀਆਂ ਸੀ, ਦੋਵੇਂ ਗੁਠਲੀਆਂ ਗੁਰਸੰਗਤ ਜੀ ਉਹਦੇ ਪੰਗ ਦੇ ਕੋਲ ਥੱਲੇ ਸੁੱਟ ਦਿੱਤੀਆਂ ਜਾਣ ਵਰਕੇ। ਮੱਸੇ ਰੰਗਾਂ ਨੇ ਤੇ ਉਹਦੇ ਸਾਥੀਆਂ ਨੇ ਸੋਚਿਆ ਵੀ ਕਿਉਂਕਿ ਚੌਧਰੀ ਹੋਣਗੇ, ਨੰਬਰਦਾਰ ਹੋਣਗੇ, ਮਾਮਲਾ ਤਾਂ ਆਏ ਆ।
ਜਦੋਂ ਆਪਣੇ ਪਰਤ ਤੋਂ ਥੱਲੇ ਸਿਰ ਕਰਕੇ ਵੇਖਣ ਲੱਗੇ ਆ ਬੜੀ ਫੁਰਤੀ ਨਾਲ ਦਾਸ ਸਿੰਘ ਨੇ ਮਿਆਨ ਵਿੱਚੋਂ ਸ੍ਰੀ ਸਾਹਿਬ ਕੱਢ ਕੇ ਉਸ ਵੇਲੇ ਮੱਸੇ ਦਾ ਸਿਰ ਲਾ ਦਿੱਤਾ ਆਪਣੇ ਨੇਜੇ ਦੇ ਚੁੱਕਿਆ ਸਤਿਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਮੱਸੇ ਦਾ ਸਿਰ ਲੈ ਕੇ ਵਾਪਸ ਬੀਕਾਨੇਰ ਦੀ ਧਰਤੀ ਤੇ ਜਾ ਖਾਲਸੇ ਦੇ ਦਲ ਦੇ ਵਿੱਚ ਹਾਜ਼ਰ ਹੋਏ ਆ। ਸਿੱਖ ਇਤਿਹਾਸ ਕਹਿੰਦਾ ਹੈ ਖਾਲਸੇ ਨੇ ਜਕਾਰੇ ਛੱਡੇ ਆ, ਮੱਸੇ ਦੇ ਸਿਰ ਨੂੰ ਸਿੰਘਾਂ ਨੇ ਠੋਕਰਾਂ ਮਾਰੀਆਂ। ਇਹ ਦਰਸਾਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜੋ ਗ੍ਰਹਿ ਗੁਰਮਤੀ ਹੋ ਰਹੀ ਸੀ ਉਹਦਾ ਸਿੰਘਾਂ ਨੇ ਬਦਲਾ ਲਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਬਹਾਲ ਕਰਵਾਈ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਬਹਾਲ ਕਰਾਉਣ ਵਾਲੇ ਦੋਵੇਂ ਸੂਰਮੇ ਗਿਆਨੀ ਗਿਆਨ ਸਿੰਘ ਲਿਖਦੇ ਆ, ਭਾਈ ਮਹਿਤਾਬ ਸਿੰਘ ਅਖੀਰ ਚਰਖੜੀ ਦੇ ਲੜਕੇ ਸ਼ਹੀਦ ਹੋਏ ਆ। ਇਹਨਾਂ ਦੀ ਸਹਾਰ ਜਦੋਂ ਭਾਈ ਕਾਰੂ ਸਿੰਘ ਦਾ ਸ਼ਹੀਦੀ ਦੇਣਾ ਹੈ ਉਹਨਾਂ ਦਿਨਾਂ ਵਿੱਚ ਸ਼ਹਾਦਤ ਹੁੰਦੀ ਹੈ। ਪ੍ਰਿੰਸੀਪਲ ਸੁਖਬੀਰ ਸਿੰਘ ਲਿਖਦਿਆਂ ਕਹਿੰਦੇ ਜਗਜੀਏ ਨੇ ਪੁੱਛਿਆ ਕਿ ਤੇਰੀ ਆਖਰੀ ਇੱਛਾ, ਕਹਿੰਦੇ ਉਸ ਵੇਲੇ ਭਾਈ ਮਹਿਤਾਬ ਸਿੰਘ ਨੇ ਆਖਰੀ ਇੱਛਾ ਕਹੀ ਸੀ ਕਿ ਭਾਈ ਕਾਰੂ ਸਿੰਘ ਜੋ ਬਿਨਾਂ ਕੋਪੜੀ ਤੋਂ ਜਪਜੀ ਸਾਹਿਬ ਦੇ ਪਾਠ ਕਰ ਰਿਹਾ ਹੈ ਉਹਦੇ ਮੈਨੂੰ ਦਰਸ਼ਨ ਕਰਾ ਦਿਓ। ਭਾਈ ਕਾਰੂ ਸਿੰਘ ਦਾ ਦਰਸ਼ਨ ਕਰਕੇ ਉਸ ਵੇਲੇ ਹਰਿਮੰਦਰ ਜੀ ਭਾਈ ਮਹਿਤਾਬ ਸਿੰਘ ਚਰਖੜੀ ਤੇ ਲੜ ਕੇ ਸ਼ਹੀਦ ਹੋ ਗਏ। ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਹੀ ਸ਼ਲਾਘਾਯੋਗ ਫੈਸਲਾ ਲਿਆ। ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜਰ ਸਾਹਿਬ ਸਕੱਤਰ ਸਾਹਿਬ ਸਮੁੱਚੇ ਸਰਦਾਰ ਮਹਾਰਾਜ ਸਤਿਗੁਰੂ ਮਹਾਰਾਜ ਸਾਡੇ ਪਾਤਸ਼ਾਹ ਕਿਰਪਾ ਕਰਨ, ਜਿਸ ਤਰ੍ਹਾਂ ਹਰਿਮੰਦਰ ਦੀ ਬੇਬਰਮਤੀ ਦੀ ਖਾਤਰ ਇਹ ਦੋਵਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਜੂਝਦਿਆਂ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਯਾਦਾ ਬਹਾਲ ਕਰਾਈ। ਇਵੇਂ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸਾਡੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੈ ਸਤਿਗੁਰੂ ਕਿਰਪਾ ਕਰਨ ਆਪਣੀ ਇਸ ਜਥੇਬੰਦੀ ਦੇ ਸਿਰ ਤੇ ਵੇਰ ਭਰਿਆ ਰੱਖਣ, ਇਸ ਜਥੇਬੰਦੀ ਨੂੰ ਸਮੁੱਚੇ ਸਟਾਕ ਨੂੰ ਸਤਿਗੁਰੂ ਚੜ੍ਹਦਿਆਂ ਵਾਲਾ ਵਾਲਾ ਜੀਵਨ ਗੁਰਸਿੱਖੀ ਵਾਲਾ ਜੀਵਨ ਸਤਿਗੁਰੂ ਬਖਸ਼ਿਸ਼ ਕਰਕੇ ਆਪ ਆਪਣੇ ਦਰਾਂ ਦੀਆਂ ਸੇਵਾਵਾਂ ਨਿਭਾਉਣ ਦਾ ਬਲ ਬਖਸ਼ਿਸ਼ ਕਰਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਰੇ ਗਿਆਨੀ ਰਘਵੀਰ ਸਿੰਘ ਜੀ ਵੱਲੋਂ ਆਦੇਸ਼ ਹੋਇਆ ਸੀ ਉਹਨਾਂ ਕਿਤੇ ਬਾਹਰ ਜਾਣ ਹੋਣ ਕਰਕੇ ਜੋ ਜਿਹੇ ਕਰਕੇ ਨਹੀਂ ਆ ਸਕੇ, ਉਹਨਾਂ ਨੇ ਹਾਜ਼ਰੀ ਲਵਾਉਣ ਦਾ ਵਚਨ ਕੀਤਾ ਸੀ। ਆਪ ਸੰਗਤਾਂ ਨੇ ਉਹਨਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਹਾਜ਼ਰੀ ਵਾਸਤੇ ਵੀ ਪ੍ਰਵਾਨ ਕਰ ਲੈਣੀ। ਭੁੱਲਾਂ ਚੁੱਕਾਂ ਦੀ ਬਿਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।